ਸਪੈਸ਼ਲੀ ਅੱਜ ਆਪਾਂ ਲਾਈਵ ਹੋਇਆ ਗੱਲਾਂ ਬਾਤਾਂ ਕਰਨ ਲਈ ਗਾਣੇ ਬਾਰੇ ਯਾਰੀਆਂ ਅਤੇ ਜੇ ਯਾਰੀਆਂ ਦੀ ਗੱਲ ਹੁੰਦੀ ਆ ਫਿਰ ਤੁਹਾਡੇ ਯਾਰ ਅਣਮੁੱਲੇ ਜਿਹੜੇ ਤੁਹਾਡੀ ਜ਼ਿੰਦਗੀ 'ਚ ਬਹੁਤ ਖਾਸ ਇਨਸਾਨ ਖਾਸ ਦੋਸਤ ਹੁੰਦੇ ਨੇ ਸੋ ਉਹਨਾਂ ਦਾ ਜ਼ਿਕਰ ਹੋਣਾ ਵੀ ਬਣਦਾ ਅਤੇ ਅੱਜ ਮੈਂ ਤੁਹਾਡੇ ਨਾਲ ਕੁਛ ਗੱਲਾਂ ਸ਼ੇਅਰ ਕਰੂੰਗਾ ਆਪਣੇ ਯਾਰ ਅਣਮੁੱਲਿਆਂ ਬਾਰੇ ਕਿਉਂਕਿ ਹਰ ਬੰਦੇ ਦੀ ਜ਼ਿੰਦਗੀ 'ਚ ਕੁਛ ਯਾਰ ਅਣਮੁੱਲੇ ਹੁੰਦੇ ਨੇ ਜਿਨ੍ਹਾਂ 'ਤੇ ਉਹਨੂੰ ਮਾਣ ਹੁੰਦਾ ਜਿਹੜੇ ਉਹਦੇ ਨਾਲ ਖੜ੍ਹਦੇ ਨੇ ਔਖੇ ਚੰਗੇ ਮਾੜੇ ਟਾਈਮਾਂ 'ਚ ਅਤੇ ਮੇਰੀ ਵੀ ਜ਼ਿੰਦਗੀ 'ਚ ਸੋ ਇੱਦਾਂ ਦੇ ਬਹੁਤ ਯਾਰ ਅਣਮੁੱਲੇ ਨੇ ਅਤੇ ਅੱਜ ਮੈਂ ਉਹਨਾਂ ਦਾ ਜ਼ਿਕਰ ਤੁਸੀਂ ਜਾਣਦੀ ਹੋ ਸਾਰਿਆਂ ਨੂੰ ਵੈਸੇ ਕੋਈ ਜਾਣ ਪਛਾਣ ਦੇ ਮੁਹਤਾਜ ਨਹੀਂ ਪਰ ਫਿਰ ਵੀ ਅੱਜ ਆਪਾਂ ਉਹਨਾਂ ਬਾਰੇ ਕੁਛ ਗੱਲਾਂ ਬਾਤਾਂ ਕਰਾਂਗੇ ਜਿਹੜੀਆਂ ਤੁਹਾਨੂੰ ਨਹੀਂ ਪਤਾ ਅਤੇ ਜੇ ਗੱਲ ਕਰੀਏ ਅੱਜ ਤੋਂ 6-7 ਸਾਲ ਪਹਿਲਾਂ ਦੀ ਤਾਂ ਯਾਰ ਅਣਮੁੱਲੇ ਜਿਹੜਾ ਗਾਣਾ ਆਇਆ ਸੀਗਾ ਜਿਹਦੇ ਵਿੱਚ ਮੇਰਾ ਵੀ ਜ਼ਿਕਰ ਸੀ ਅਤੇ ਖੁਸ਼ਕਿਸਮਤ ਸਮਝਦਾ ਮੈਂ ਆਪਦੇ ਆਪ ਨੂੰ ਵੀ ਉਸ ਗਾਣੇ ਨਾਲ ਮੈਂ ਜੁੜਿਆ ਸ਼ੈਰੀ ਬਾਈ ਨੇ ਗਾਇਆ ਸੀ ਬੱਬੂ ਨੇ ਲਿਖਿਆ ਸੀ ਗਾਣਾ ਅਤੇ ਸਾਡੇ ਉਹ ਯਾਰ ਅਣਮੁੱਲੇ ਉਹ ਤਿਕੜੀ ਅਤੇ ਜੇ ਗੱਲ ਕਰੀਏ ਸ਼ੈਰੀ ਬਾਈ ਉਦੋਂ ਬਾਅਦ ਫਿਰ ਬੱਬੂ ਆਪਣਾ ਜਿਹਨੇ ਲਿਖਿਆ ਸੀ ਗਾਣਾ ਅਤੇ ਦੀਪ ਲੰਡੀ ਜੀ ਵਾਲਾ ਅਤੇ ਉਹਦੇ ਵਿੱਚ ਹੋਰ ਵੀ ਜ਼ਿਕਰ ਸੀ ਜਿਵੇਂ ਗਿੱਲ ਬਾਈ ਅਤੇ ਸਮਰੀ ਸੋ ਅਸੀਂ ਸਾਰੇ ਉਹਨਾਂ ਟਾਈਮਾਂ 'ਚ ਇਕੱਠੇ ਰਹਿੰਦੇ ਸੀ ਅਤੇ ਉਹ ਗੱਲਾਂ ਬਾਤਾਂ ਤੁਹਾਨੂੰ ਅੱਜ ਦੱਸਦੇ ਹਾਂ ਤੁਹਾਨੂੰ ਨਜ਼ਾਰਾ ਆਊਗਾ ਉਹ ਗੱਲਾਂ ਬਾਤਾਂ ਸੁਣ ਕੇ ਅਤੇ ਕਿਉਂਕਿ ਅਸੀਂ ਰਹਿੰਦੇ ਸੀਗੇ 70 ਸੈਕਟਰ 26 86 ਹਾਂ ਸ਼ਾਇਦ ਨਾ ਅਤੇ ਉੱਥੇ ਹਾਂ ਉੱਥੇ ਅਸੀਂ ਰਹਿਣਾ ਇਕੱਠੇ ਸਾਰਿਆਂ ਨੇ ਅਤੇ ਬਹੁਤ ਮਹਿਫਲਾਂ ਲੱਗਣੀਆਂ ਉਹਨਾਂ ਟਾਈਮਾਂ 'ਚ ਸੋ ਅੱਜ ਤੁਹਾਡੇ ਨਾਲ ਕੁਛ ਗੱਲਾਂ ਉਹ ਵੀ ਸ਼ੇਅਰ ਕਰਾਂਗੇ ਅਤੇ ਸ਼ੈਰੀ ਬਾਈ ਨੇ ਸਾਰੀ ਸਾਰੀ ਰਾਤ ਗਾਈ ਜਾਣਾ ਮੈਂ ਨਵਾਂ ਨਵਾਂ ਗਾਉਣ ਲੱਗਿਆ ਸੀ ਉਦੋਂ ਅਤੇ ਮੈਂ ਵੀ ਇੱਕ ਦੋ ਗਾਣੇ ਗਾਉਣੇ ਗਿੱਲ ਬਾਈ ਦੇ ਨਾਂ 'ਤੇ ਹੁੰਦਾ ਸੀ ਕਮਰਾ ਬਾਈ ਨੂੰ ਲਾਂਭੇ ਆਉਂਦੇ ਹੁੰਦੇ ਸੀਗੇ ਜਿਹੜਾ ਗਾਣੇ 'ਚ ਆਉਂਦਾ ਨਾ ਆਂਟੀ ਸੀ ਪਿੱਟ ਦੀ ਮਹਿਫਲ ਨਿੱਤ ਦੀ ਅਤੇ ਉਹ ਲਾਂਭੇ ਗਿੱਲ ਬਾਈ ਨੂੰ ਆਉਣੇ ਅਤੇ ਪਰ ਬਾਈ ਮਤਲਬ ਆਪੇ ਨਜਿੱਠ ਲੈਂਦਾ ਸੀਗਾ ਅਤੇ ਬੱਬੂ ਦੀਪ ਮੈਂ ਅਸੀਂ ਤਿੰਨੇ ਇਕੱਠੇ ਪੜ੍ਹਦੇ ਸੀ ਲਾਂਡਰਾ ਕੋਲਜ ਬੀ ਟੈਕ ਕਰਦੇ ਸੀਗੇ ਅਤੇ ਸਾਡੀ ਸਾਂਝ ਉੱਥੋਂ ਦੀ ਸੀ ਅਤੇ ਹੋਰ ਵੀ ਬਹੁਤ ਯਾਦਾਂ ਉੱਥੋਂ ਪਹਿਲਾਂ ਦੀਆਂ ਜੇ ਗੱਲ ਕਰੀਏ ਜੁੜੀਆਂ ਹੋਈਆਂ ਨੇ ਵੀ ਜਿਵੇਂ ਕਹਿ ਲਓ ਬੱਬੂ ਮੈਂ ਅਸੀਂ ਗਾਉਣ ਜਾਣਾ ਕੋਲਜਾਂ 'ਚ ਨਾ ਅਤੇ ਜਿਵੇਂ ਕਿਸੇ ਵੀ ਕੋਲਜ 'ਚ ਫੈਸਟੀਵਲ ਹੋਣਾ ਅਤੇ ਅਸੀਂ ਗਾਉਣ ਜਾਣਾ ਅਤੇ 5-5 ਮਿੰਟ ਹੀ ਹਾਲਾਂਕਿ ਮਿਲਦੇ ਹੁੰਦੇ ਸੀ 10 ਮਿੰਟ ਮਿਲਦੇ ਸੀ ਰਲਾ ਕੇ 5 ਬੱਬੂ ਨੂੰ 5 ਮੈਨੂੰ ਅਤੇ ਪਰ ਉਦੋਂ ਬਹੁਤ ਲੱਗਦੇ ਸੀ 10 ਮਿੰਟ ਵੀ ਅਤੇ ਉਹ 10 ਮਿੰਟ ਵੀ ਨਹੀਂ ਮਿਲਦੇ ਸੀ ਕਈ ਵਾਰੀ ਅਸੀਂ ਕਈ ਵਾਰੀ ਜਾਣਾ ਸਵੇਰ ਤੋਂ ਸ਼ਾਮ ਹੋ ਜਾਣੀ ਬੈਕ ਸਟੇਜ ਖੜਿਆਂ ਨੂੰ ਮੋੜ ਦੇਣਾ ਉਹਨਾਂ ਨੇ ਵੀ ਕੱਲ੍ਹ ਨੂੰ ਆਇਓ ਅਤੇ ਜਦੋਂ ਅਗਲੇ ਦਿਨ ਜਾਣਾ ਫਿਰ ਤੜਕੀ ਕਹਿ ਦੇਣਾ ਵੀ ਹੁਣੇ ਗਾ ਦਿਓ ਅਤੇ ਅਸੀਂ ਕਹਿਣਾ ਵੀ ਯਾਰ ਕਿਸੇ ਨੂੰ ਆ ਤਾਂ ਜਾਣ ਦਿਓ ਹਲੇ ਤਾਂ ਡਿਊਟੀ ਵਾਲੇ ਬੰਦੇ ਨੇ ਅਤੇ ਚਲੋ ਮਤਲਬ ਖੱਟੀਆਂ ਮਿੱਠੀਆਂ ਕੌੜੀਆਂ ਯਾਦਾਂ ਨਾ ਸਭ ਕੁਛ ਚੱਲਦਾ ਸੋ ਬੜਾ ਉਹਨਾਂ ਟਾਈਮਾਂ 'ਚ ਵੀ ਬੜਾ ਸੰਘਰਸ਼ ਕੀਤਾ ਸੰਘਰਸ਼ਪੂਰਨ ਸੀ ਲਾਈਫ ਅਤੇ ਫਿਰ 9-10 'ਚ ਅਸੀਂ ਇਕੱਠੇ ਰਹਿੰਦੇ ਸੀ ਸਾਰੇ 70 'ਚ ਜਦੋਂ ਦੀ ਮੈਂ ਗੱਲ ਕਰ ਰਿਹਾ ਜਦੋਂ ਗਾਣਾ ਬਣਿਆ ਯਾਰ ਅਣਮੁੱਲੇ ਅਤੇ ਉਹਨਾਂ ਟਾਈਮਾਂ ਦੀ ਗੱਲ ਕਰੀਏ ਵੀ ਉਦੋਂ ਮੈਨੂੰ ਲੱਗਦਾ ਗਾਣੇ ਤੋਂ 3-4 ਕੁ ਦਿਨ ਪਹਿਲਾਂ ਦੀ ਗੱਲ ਹੋਣੀ ਅਤੇ ਸ਼ੈਰੀ ਬਾਈ ਦਾ ਮੋਟਰਸਾਈਕਲ ਚੋਰੀ ਹੋ ਗਿਆ ਜਿਹਦੇ ਬਾਈ ਦੀ ਜੌਬ 'ਤੇ ਜਾਂਦਾ ਹੁੰਦਾ ਸੀਗਾ ਫਿਰ ਬਾਈ ਨੇ ਜੌਬ ਤੋਂ ਬਾਅਦ ਸਟੂਡੀਓ ਜਾਣਾ ਸੋ ਉਹ ਚੋਰੀ ਹੋ ਗਿਆ ਅਤੇ ਬੜਾ ਬਾਈ ਯਾਰ ਦੁਖੀ ਕਹਿੰਦਾ ਵੀ ਜੌਬ 'ਤੇ ਵੀ ਜਾਣਾ ਹੁੰਦਾ ਹੱਥ ਨੇ ਸਟੂਡੀਓ ਵੀ ਜਾਣਾ ਹੁੰਦਾ ਅਤੇ ਬੜੇ ਲੋਕਾਂ ਨੂੰ ਲੱਗਦਾ ਹੁਣ ਅੱਜ ਵੀ ਯਾਰ ਇੱਕ ਰਾਤ 'ਚ ਗਾਣਾ ਹਿੱਟ ਹੋ ਗਿਆ ਸੁਪਰ ਸਟਾਰ ਬਣ ਗਿਆ ਸ਼ੈਰੀ ਅਤੇ ਪਰ ਇੱਦਾਂ ਦਾ ਕੁਛ ਨਹੀਂ ਉਦੋਂ ਪਹਿਲਾਂ ਵੀ ਬਾਈ ਦਾ ਸੰਘਰਸ਼ ਘੱਟ ਤੋਂ ਘੱਟ 6-7 ਸਾਲ ਦਾ ਸੀ ਨਾ 7-8 ਸਾਲ ਦਾ ਉਸ ਤੋਂ ਪਹਿਲਾਂ 2010 ਤੋਂ ਪਹਿਲਾਂ ਵੀ ਬਾਈ ਦਾ ਮਤਲਬ ਬਹੁਤ ਸੰਘਰਸ਼ ਸੀਗਾ ਜਦੋਂ ਮੋਟਰਸਾਈਕਲ ਚੋਰੀ ਹੋਇਆ ਉਦੋਂ 3-4 ਦਿਨ ਬਾਅਦ ਗਾਣਾ ਆ ਗਿਆ ਸੀ ਯਾਰ ਅਣਮੁੱਲੇ ਅਤੇ ਫਿਰ ਅਸੀਂ ਬੜਿਆਂ ਨੇ ਮਜ਼ਾਕ 'ਚ ਇਹ ਗੱਲ ਲੈਣੀ ਸਾਰਿਆਂ ਨੇ ਵੀ ਦੇਖ ਲਾ ਵੀ ਪਰਮਾਤਮਾ ਨੇ ਭਰਾਵਾਂ ਤੈਨੂੰ ਗੱਡੀ ਦੇਣੀ ਸੀ ਵੀ ਤਾਂ ਮੋਟਰਸਾਈਕਲ ਲਿਆ ਸੀ ਹੈ ਨਾ ਅਤੇ ਸੋ ਛੋਟੀਆਂ ਛੋਟੀਆਂ ਗੱਲਾਂ ਉਹ ਬੜੀਆਂ ਯਾਦ ਆਉਂਦੀਆਂ ਨੇ ਹੋਰ ਵੀ ਜ਼ਿੰਦਗੀ 'ਚ ਕਿਉਂਕਿ ਜਿਹੜੀਆਂ ਤੁਸੀਂ ਯਾਦਾਂ ਬਣਾ ਲਓਗੇ ਯਾਰਾਂ ਦੋਸਤਾਂ ਨਾਲ ਅਤੇ ਇੱਕ ਯਾਰ ਦੋਸਤ ਹੁੰਦੇ ਨੇ ਜਿਹੜੇ ਕੁਛ ਨਹੀਂ ਐਕਸਪੈਕਟ ਕਰਦੇ ਕਿਤੇ ਮਰਜ਼ੀ ਖੜਾ ਦਿਓ ਅਤੇ ਸੋ ਮੈਂ ਬਹੁਤ ਖੁਸ਼ਕਿਸਮਤ ਸਮਝਦਾ ਆਪਦੇ ਆਪ ਨੂੰ ਵੀ ਮੈਨੂੰ ਮਿਲੇ ਨੇ ਇੱਦਾਂ ਦੇ ਯਾਰ ਅਣਮੁੱਲੇ ਅਤੇ ਫਿਰ ਜਦੋਂ ਸ਼ੂਟਿੰਗ ਹੋਣੀ ਸੀ ਆਪਣੀ ਯਾਰ ਅਣਮੁੱਲੇ ਗਾਣੇ ਦਾ ਵੀਡੀਓ ਫੋਟੋ ਵਾਲਾ ਆਇਆ ਸੀ ਉਹ ਚੱਲ ਗਿਆ ਬਹੁਤ ਅਤੇ ਜਦੋਂ ਵੀਡੀਓ ਸ਼ੂਟ ਹੋਣੀ ਸੀ ਮੇਰੇ ਹੁਣ ਵੀ ਯਾਦ ਆ ਵੀ ਵੀਡੀਓ 'ਤੇ ਜਿੱਦਾਂ ਉਹਨਾਂ ਨੇ ਬੁਲਾ ਲਏ ਵੀ ਭਾਈ ਇੰਨੇ ਮੁੰਡੇ ਸਾਨੂੰ ਬੁਲਟ ਵਾਲੇ ਚਾਹੀਦੇ ਨੇ ਨਾ
ਅਤੇ ਜਦੋਂ ਦੀਪ ਮਤਲਬ ਜਿਵੇਂ ਹੁੰਦਾ ਸੀ ਕਾਲਜ ਪੜ੍ਹਦੇ ਸੀ ਪਰ ਯੂਨੀਵਰਸਿਟੀ ਦੀਪ ਦੇ ਲਿੰਕ ਹੁੰਦੇ ਸੀ ਹੈ ਨਾ, ਉਹ ਅਸਲ 'ਚ ਉਸੇ ਕੰਮਾਂ 'ਚ ਹੀ ਰਿਹਾ ਵੀ ਮੁੰਡੇ ਖੁੰਡੇ ਵਾਲੇ ਸੀ ਜ਼ਿਆਦਾ ਹੈ ਨਾ ਪ੍ਰਧਾਨਗੀ ਟਾਈਪ, ਅਤੇ ਦੀਪ ਨੇ ਮੁੰਡੇ ਬੁਲਾ ਲਏ ਸਾਰੇ ਬੁਲਟ ਵਾਲੇ ਮੋਟਰਸਾਈਕਲ ਵਾਲੇ ਨਾ, ਅਤੇ ਮੈਨੂੰ ਲੱਗਦਾ 50-60 ਜਾਣੇ ਆ ਗਏ ਬੁਲਟ ਲੈ ਕੇ ਨਾ, ਕਿਉਂਕਿ ਚਾਅ ਬੜਾ ਸੀ ਵੀ ਅਸੀਂ ਆਵਾਂਗੇ ਵੀਡੀਓ 'ਚ ਅਸੀਂ ਆਵਾਂਗੇ, ਅਤੇ ਉਦੋਂ ਉਹ ਸ਼ਾਰਟ ਲਈ ਬੁਲਾਇਆ ਕਰਨ, ਉਹਨਾਂ ਨੇ ਕਿਹਾ ਵੀ ਜਿਹੜੇ ਮੁੰਡੇ ਬੁਲਟ ਵਾਲੇ ਨੇ ਭਾਈ ਅੱਗੇ ਆ ਜਾਓ, ਉਹਨਾਂ ਨੂੰ ਚਾਹੀਦੀ ਸੀ 3-4 ਮੁੰਡੇ, ਅਤੇ ਹੁਣ ਇਹਨਾਂ ਨੇ 50-60 ਬੁਲਾ ਰੱਖੇ ਸੀ ਦੀਪ ਨੇ, ਉਹ ਸਾਰੇ ਆ ਗਏ ਕਹਿੰਦੇ ਵੀ ਮੈਨੂੰ ਲਓ ਮੈਨੂੰ ਲਓ, ਅਤੇ ਹੁਣ ਦੀਪ ਸਾਵਾਂ ਬੰਦਾ ਨਾ ਜਵਾਬ ਦੇਣ ਜੋਗਾ, ਅਤੇ ਦੀਪ ਲੁਕਦਾ ਫਿਰ ਵੀਡੀਓ 'ਤੇ, ਅਤੇ ਮੁੜ ਕੇ ਉਹ ਡਾਇਰੈਕਟਰ ਸ਼ੈਰੀ ਬਾਈ ਕੋਲ ਕਹਿੰਦੇ ਵੀ ਯਾਰ ਕਿਹਨੂੰ ਲਈਏ ਕਿਹਨੂੰ ਛੱਡੀਏ ਕੀ ਸਿਸਟਮ ਕਰੀਏ। ਸੋ ਬੜਾ ਸ਼ੂਟ ਦੇ ਵੇਲੇ ਵੀ ਮਤਲਬ ਪਹਿਲਾ ਸ਼ੂਟ ਸੀ, ਮੈਨੂੰ ਲੱਗਦਾ ਵੀ ਨਹੀਂ ਨੋਰਮਲੀ ਸ਼ੂਟ ਇਦਾਂ ਦੇ ਹੁੰਦੇ ਨੇ ਵੀ ਬੰਦੇ ਬੁਲਾਉਣੇ ਪੈਂਦੇ ਨੇ ਵੀ ਯਾਰ ਆਹ ਚੀਜ਼ਾਂ ਪਹਿਲਾਂ ਅਰੇਂਜ ਕਰ ਲਈਏ ਸ਼ੂਟ ਤੋਂ, ਪਰ ਉਹ ਇੱਕ ਇਹੋ ਜਿਹਾ ਸ਼ੂਟ ਸੀਗਾ ਵੀ ਜਿੱਥੇ ਇੰਨੇ ਇੰਨਾ ਫਨ ਹੋਇਆ, ਇੰਨੀਆਂ ਚੀਜ਼ਾਂ ਪਹਿਲਾਂ ਹੀ ਪਹੁੰਚ ਗਈਆਂ ਵੀ ਸਾਨੂੰ ਮਤਲਬ ਇਹ ਚੀਜ਼ ਦੀ ਵੀ ਔਖ ਹੋਈ ਯਾਰ ਵੀ ਇਹਦਾ ਵੀ ਇੱਕ ਸ਼ਾਟ ਪਾ ਦਊ, ਕੋਈ ਨਹੀਂ ਇਹਦਾ ਵੀ ਪਾ ਦਊ ਹੁਣ ਬੰਦਾ ਆਇਆ, ਅਤੇ ਬਾਕੀ ਉਹ ਯਾਰਨ ਮੁੱਲਿਆਂ ਦਾ ਗਾਣਾ ਸੀਗਾ। ਅਤੇ ਹੋਰ ਛੋਟੀਆਂ ਛੋਟੀਆਂ ਬੜੀਆਂ ਯਾਦਾਂ, ਅਤੇ ਫਿਰ ਚਲੋ ਜਿਵੇਂ ਹਰੇਕ ਦੀ ਜ਼ਿੰਦਗੀ 'ਚ ਉਤਰਾਅ ਚੜ੍ਹਾਅ ਆਉਂਦੇ ਨੇ ਨਾ, ਅਤੇ 2-3 ਸਾਲ ਪਹਿਲਾਂ ਜਦੋਂ ਹੰਝੂ ਗਾਣਾ ਆਇਆ, ਹੰਝੂ ਗਾਣੇ ਤੋਂ ਪਹਿਲਾਂ ਦੀ ਗੱਲ ਆ ਨਾ, ਅਤੇ ਮੇਰੀ ਵੀ ਜ਼ਿੰਦਗੀ 'ਚ 1-2 ਬਹੁਤ ਵੱਡੇ ਡਾਊਨਫਾਲ ਆਏ, ਅਤੇ ਜਿਨ੍ਹਾਂ ਕਰਕੇ ਮੈਂ ਉਹਨਾਂ ਟਾਈਮਾਂ 'ਚ ਆਈ ਲੋਸਟ ਮਾਈ ਡੈਡ ਅਤੇ ਮੇਰੇ ਫਾਦਰ ਸਾਹਿਬ ਗੁਜ਼ਰ ਗਏ ਸੀ, ਸੋ ਮੈਂ ਪਿੰਡ ਚੱਲ ਗਿਆ, ਅਤੇ ਹੋਰ ਵੀ ਮੈਨੂੰ ਥੋੜ੍ਹੇ ਬਹੁਤ ਮਤਲਬ ਧੱਕੇ ਲੱਗੇ ਨਾ, ਅਤੇ ਉਹਨਾਂ ਟਾਈਮਾਂ 'ਚ ਵੀ ਮੈਂ ਇਹਨਾਂ ਦਾ ਜ਼ਿਕਰ ਕਰੂੰਗਾ ਤਿੰਨੇ ਜਣਿਆਂ ਦਾ, ਸ਼ੈਰੀ ਬਾਈ, ਦੀਪ, ਲੰਡੀ ਜੀ ਪਾਲ ਆਪਣਾ ਅਤੇ ਬੱਬੂ। ਸੋ ਇਹਨਾਂ ਨੇ ਮੈਨੂੰ ਪਿੰਡੋਂ ਲੈ ਕੇ ਆਏ ਅਤੇ ਇੱਥੇ ਲਿਆ ਕੇ ਪ੍ਰੋਪਰ ਮੇਰੇ ਨਾਲ ਖੜ੍ਹੇ ਅਤੇ ਬਹੁਤ ਸਾਥ ਦਿੱਤਾ ਉਹਨਾਂ ਟਾਈਮਾਂ 'ਚ। ਸੋ ਮੈਂ ਕਦੇ ਵੀ ਇਹਨਾਂ ਯਾਰਾਂ ਮੁੱਲਿਆਂ ਦਾ ਮੈਂ ਕਦੇ ਦੇਣ ਨਹੀਂ ਦੇ ਸਕਦਾ, ਅਤੇ ਬਾਕੀ ਦੇਣ ਤਾਂ ਆਪਾਂ ਕਿਸੇ ਯਾਰ ਦਾ ਵੀ ਨਹੀਂ ਦੇ ਸਕਦੇ ਹੁੰਦੇ, ਕਿਉਂਕਿ ਪਰਮਾਤਮਾ ਨੇ ਇੱਕ ਚੀਜ਼ ਵੱਲੋਂ ਇੰਨੀ ਮਿਹਰ ਰੱਖੀ ਆ ਵੀ ਭਾਵੇਂ ਅਸੀਂ ਕਾਲਜ ਪੜ੍ਹਦੇ ਸੀ, ਜਦੋਂ ਕਾਲਜ ਪੜ੍ਹਦੇ ਸੀ ਜਿਹੜੇ ਉਦੋਂ ਯਾਰ ਦੋਸਤ ਬਣੇ ਉਹ ਵਿਚਾਰੇ ਅੱਜ ਵੀ ਖੁਸ਼ ਹੁੰਦੇ ਨੇ ਕਿਤੇ ਕੋਈ ਗਾਣਾ ਸੁਣ ਲੈਣ ਬਾਹਰੋਂ, ਕੋਈ ਕੈਨੇਡਾ ਕੋਈ ਇੰਗਲੈਂਡ ਜਦੋਂ ਫੋਨ ਆਉਂਦਾ ਤਾਂ ਬੜੀ ਖੁਸ਼ੀ ਹੁੰਦੀ ਆ ਦਿਲੋਂ, ਉਹ ਜਿੱਦਾਂ ਉਹਨਾਂ ਨੂੰ ਲੱਗਦਾ ਵੀ ਯਾਰ ਨਹੀਂ ਸਾਡਾ ਵੀ ਕੋਈ ਕਲਾਕਾਰ ਆ ਨਾ। ਅਤੇ ਫਿਰ ਜਿਹੜੇ ਸਕੂਲ ਟਾਈਮ ਵਾਲੇ ਫਰੈਂਡ ਹੁੰਦੇ ਨੇ ਤੁਹਾਡੇ, ਅਸਲ 'ਚ ਇੱਕ ਗੱਲ ਬੜੀ ਵਧੀਆ ਜਿਹੜੀ ਹੁੰਦੀ ਆ ਬਹੁਤ ਵਧੀਆ ਵੀ ਜਿਹੜੇ ਸਕੂਲ ਅਤੇ ਕਾਲਜ ਵਾਲੇ ਤੁਹਾਡੇ ਫਰੈਂਡ ਹੁੰਦੇ ਨੇ ਨਾ, ਉੱਥੇ ਉਹਨਾਂ ਦੀਆਂ ਸਾਂਝਾਂ ਤੁਹਾਡੇ ਨਾਲ ਕੋਈ ਲੋੜ ਨੂੰ ਨਹੀਂ ਜੁੜੀਆਂ ਹੁੰਦੀਆਂ, ਮਤਲਬ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਸਾਨੂੰ ਕੋਈ ਲੋੜ ਆ ਇਹ ਬੰਦੇ ਤੋਂ ਅਸੀਂ ਤਾਂ ਬੁਲਾਉਣਾ ਕਰਨਾ, ਉੱਥੇ ਤੁਹਾਨੂੰ ਬਣਾਉਣੀਆਂ ਪੈਂਦੀਆਂ ਨੇ ਸਾਂਝਾਂ ਯਾਰੀਆਂ, ਜਿਹੜੀਆਂ ਤੁਹਾਡੀਆਂ ਸਕੂਲ ਕਾਲਜ ਵਾਲੀਆਂ ਯਾਰੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਹਮੇਸ਼ਾ ਜਾਣਗੀਆਂ। ਅਤੇ ਜੇ ਕਿਤੇ ਕੋਈ ਬੰਦਾ ਲੜ ਵੀ ਪੈਂਦਾ ਨਾ ਕਾਲਜ ਦੇ ਵਿੱਚ, ਜਿਵੇਂ ਮੰਨ ਲਓ ਵੀ ਤੁਹਾਡੇ ਨਾਲ ਕਿਸੇ ਦੀ ਨਹੀਂ ਬਣਦੀ, ਤੁਸੀਂ ਇੱਕ ਚੀਜ਼ ਅਜ਼ਮਾਇਓ ਦੇਖਿਓ ਵੀ 4-5 ਸਾਲ ਬਾਅਦ ਜਦੋਂ ਤੁਸੀਂ ਕੋਈ ਜੋਬ ਕਰਨ ਲੱਗ ਗਏ ਉਹ ਵੀ ਜੋਬ ਕਰਨ ਲੱਗ ਗਿਆ, ਅਤੇ ਫਿਰ ਉਦੋਂ ਰਿਅਲਾਈਜ਼ ਹੁੰਦਾ, ਉਦੋਂ ਸ਼ਾਇਦ ਉਹ ਬੰਦਾ ਆ ਕੇ ਤੁਹਾਨੂੰ ਆਪ ਬੁਲਾ ਲਈ ਵੀ ਯਾਰ ਕਾਲਜ 'ਚ ਆਪਾਂ ਐਵੇਂ ਲੜੀ ਗਏ ਭਰਾ, ਅਤੇ ਜ਼ਿੰਦਗੀ ਬਹੁਤ ਛੋਟੀ ਆ ਵੀ ਇਹਨੂੰ ਇੰਜੋਏ ਕਰੀਏ ਨਾ। ਸੋ ਬੜਾ ਕੁਛ ਹੈ ਨਾ ਜ਼ਿੰਦਗੀ 'ਚ ਦੇਖਿਆ, ਬੜਾ ਕੁਛ ਮਾਣਿਆ, ਅਤੇ ਸੋ ਖੁਸ਼ੀ ਹੁੰਦੀ ਆ ਜੀ ਵੀ ਇੱਦਾਂ ਦੇ ਯਾਰ ਅਸੀਂ ਖੱਟੇ ਨੇ। ਅਤੇ ਬਾਕੀ ਤੁਸੀਂ ਜੇ ਕੁਛ ਪੁੱਛਣਾ ਹੁਣ ਮੈਂ ਤੁਹਾਡੇ ਕਮੈਂਟਸ ਰੀਡ ਕਰਦਾ, ਅਤੇ ਕੋਈ ਵੀ ਕਿਸੇ ਬਾਰੇ ਗੱਲਬਾਤ ਸਪੈਸ਼ਲੀ ਸਾਡੇ ਕਿਸੇ ਯਾਰ ਦੋਸਤ ਬਾਰੇ, ਅਤੇ ਫਿਰ ਮੈਂ ਜ਼ਰੂਰ ਤੁਹਾਨੂੰ ਜਵਾਬ ਦਿਆਂ। ਸੁਖਦੀਪ ਮਾਨ, ਸਤਿ ਸ਼੍ਰੀ ਅਕਾਲ ਭਾਅ ਜੀ, ਕਮਲ ਬਿਸਟ ਨਾਈ ਸਰ, ਸੁਖਦੀਪ ਮਾਨ ਨਾਈ ਸਰ ਲੁੱਕ, ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ, ਹੈਲੋ ਸਾਡੇ ਨਾਲ ਵੀ ਗੱਲ ਕਰ ਲਓ, ਹੈਲੋ ਵੀਰੇ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਵੀ ਤੁਸੀਂ ਕਮੈਂਟਸ ਕਰੀ ਜਾਂਦੇ ਹੋ। ਬੱਬੂ ਬਾਈ ਇੱਥੇ ਆ ਜੀ, ਉਹ ਵੀ ਅਤੇ ਉਹ ਤਿਆਰੀ ਕਰ ਰਿਹਾ ਸੀਗਾ, ਹੁਣ ਰਿਕਾਰਡਿੰਗ ਸ਼ੁਰੂ ਕਰਤੀ ਗਾਣਿਆਂ ਦੀ, ਅਤੇ ਛੇਤੀ ਉਹਦੇ ਗਾਣੇ ਤੁਹਾਨੂੰ ਸੁਣਨ ਨੂੰ ਮਿਲਣਗੇ। ਹਾਂਜੀ ਹਾਂ, ਮੰਟੂ ਪਾਲ ਨੋਨੂ ਵੱਲੋਂ ਮਾਜਰਾ, ਸੋ ਇਹ ਵੀ ਮੇਰਾ ਬਹੁਤ ਵਧੀਆ ਮਿੱਤਰ ਆ, ਘੈਂਟ ਭਰਾ,
थैंक यू भाई, तुसी भी सपोर्ट कर दे हो दिलो। रणदीप सिद्धू, अर्श गुराया, प्रिंस दीप, ते कुछ कॉलेज दे यार, उन्हां दी भी मैं अज गल्लां सांझियां करूंगा, क्योंकि सब तो ज़्यादा जिहड़ा चंगा समां जिहड़ा तुहाडी जिंदगी दा हुंदा उह कॉलेज लाइफ दा हुंदा। सो समरा समर हुंदा सीगा संगरूर तों, ते मेरा मित्र, फिर एक बिल्ला बाई हुंदा सीगा, वो जिवें कह लो भी सातों थोड़ा जिहा वड्डा हुंदा सीगा, ते वो एक डिग्री पहला उन्हें कीती हुई सी, फिर दूजी डिग्री साडे नाल आके कर रहा सी, ते सातों वड्डा होण कारण उहनूं बड़ा मकौल करदे सी सारे, जिवें सारे ने छेड़ी जाना भी बई तुसी तां उत्थे बैठा करो भी टीचर नाल जाके, है ना, भी तुसी साडे नाल बहिंदे नहीं सोहणे लगदे। सो फिर टींड सा, सो सारे उन्हां टाइमां दे मित्र साडे, साडी मकैनिकल स्ट्रीम हुंदी सी मेरे याद आ, ते कुड़ी तां कोई हुंदी नहीं सी खैर, ते मुंडी मुंडे उन्हां टाइमां 'च गीत भी एक जिहड़ा अक्सर कॉलेजां दे विच मैनूं सुणाउण नूं कहिंदे सी जदों असीं कितें गाउण जाणा, ओह सी छड़े छड़े, सानू छड़े छड़े आख के बुलाउंदे लोक ने, ते वो लिखाया भी मेरे स्पैशली यारां मित्रां ने, क्योंकि पूरी डिग्री ये भी एक तराश दी रही है भी 4 साल कंटीन च बह के लंघे, कोई कुड़ी नहीं कोई कुछ नहीं, है ना, ते सारे ने बस यही कहना भी चल भाई गाना लिखिया सुना, ते उन्हां टाइमां च ही होस्टल गाना बनया सीगा, ते वो भी उन्हां टाइमां दी मतलब कह लो भी उपज है ना वो गाना।